ਗਾਂਧੀ ਨੇ ਆਖਿਆ ਸੀਗਾ ਪਟਿਆਲੇ ਵਾਲੇ ਨੇ ਵੀ ਇੱਥੇ ਫੀਮ ਬਜਾਈ ਜਾਵੇ, ਪੁਸ਼ਤ ਬੀਜਿਆ ਜਾਵੇ, ਅਸੀਂ ਉਸਦੇ ਹੱਕ 'ਚ ਪਾਣੀ ਥੋੜ੍ਹਾ ਖਾਊਗਾ, ਪਾਣੀ ਦਾ ਲੈਵਲ ਉੱਤੇ ਰਹੂਗਾ, ਉਹ ਪੁਸ਼ਤ ਬੀਜਿਆ ਜਾਵੇ। ਆਹ ਜਿਹੜੀ ਟੀਕੇ ਲਾਉਂਦੇ ਨੇ ਲੋ ਨੌਜਵਾਨ, ਉਹ ਟੀਕੇ ਲਾਉਣੋਂ ਹਟ ਜਾਣ, ਅਤੇ ਜਦੋਂ ਕਿਸੇ ਦਾ ਬਲੱਡ ਘੱਟ ਜਾਂਦਾ, ਬਲੱਡ ਵੱਧਦਾ, ਉਹਦੇ ਵਾਸਤੇ ਉਹਦੀ ਦੌਰਾ ਵਾ, ਕਿਸੇ ਨੂੰ ਅਟੈਕ ਹੁੰਦਾ, ਹਾਰਟ ਅਟੈਕ ਹੁੰਦਾ, ਉਹਨੂੰ ਉਹਦੇ ਫੀਮ ਲੱਗ ਕੇ ਘੋਲ ਕੇ ਭਜਾਓ, ਉਦੋਂ ਫੀਮ ਕਿਉਂ ਦੀ ਲੋੜ ਪੈਂਦੀ ਆ, ਉਦੋਂ ਉਹਦੀ ਦਵਾਈ ਦੀ ਕਿਉਂ ਲੋੜ ਪੈਂਦੀ ਆ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਰਕਾਰ ਨੂੰ ਇਹ ਚਾਹੀਦਾ ਕਿ ਜ਼ਿਮੀਂਦਾਰਾਂ ਨੂੰ ਇਹ ਕਿੱਲੇ ਕਿੱਲੇ ਦਾ ਲਾਇਸੈਂਸ ਦਿੱਤਾ ਜਾਵੇ, ਇਹ ਪੋਸਟ ਜਿਹੜਾ ਇਹ ਕਸਕਾ ਜਿਹੜੀ ਹੈ ਇਹ ਬੀਜੀ ਜਾਵੇ। ਸੋ ਅਸੀਂ पंजाब सरकार के पराली न जलाने के आदेश के खिलाफ फाजिलका जिले के सरहदी गांवों के किसान एकजुट हो गए हैं। जलालाबाद तहसील के गांव सुहाला में दो दर्जन गांवों के किसानों ने बैठक करके पराली जलाने के आदेश का विरोध करने का निर्णय लिया। बैठक भारतीय किसान यूनियन उग्रा के बैनर के नीचे बुलाई गई थी। किसानों का कहना है कि पराली को लेकर सरकार की कोई ठोस नीति नहीं है, सरकार सिर्फ धान की कटाई के मौसम में ही सामने आकर जुबानी जमा खर्च करती है। किसानों का कहना था कि उनके पास पराली को जलाने के सिवा कोई चारा नहीं है। इस मौके पर किसानों ने सरकार से पोस्त की खेती को मंजूरी देने की भी मांग की। आइए सुनते हैं इस मौके पर जमा हुए कुछ किसानों की बात। है मेजर सिंह खालसा जी, पिंड चक सिद्धो की। आज दी मीटिंग जड़ी है उदा साडा पराली दा मसला है, जो कि सरकार सानू कहिंदी आ भी अग ना लाओ। असी जिमीदार ये गल कहने, किसान यूनियन वालों ये गल कहने, अग्राहां वालों ये गल कहने भी साढ़े कोले होर कोई मसला ही है नहीं। पिछले साल साडा डीसी कालगे दे नाल मीटिंग होई, असी उन्हां नू ये गल सानू कहण लगे भी बाबा जी पराली नू अग ना लाया जे। मैं कहा भैन जी सानू दसो पराली दा मसला की आ, हल की आ, साढ़े कोले तां एक ही हल आ, जां तां गौरमेंट झोना लाउणा बंद कर देवे ਤੇ ਨਹੀਂ ਤਾਂ ਪਰਾਲੀ ਨੂੰ ਅੱਗ ਲੱਗੂਗੀ। ਸੋ ਬੇਨਤੀ ਇਹ ਆ ਕਿ ਸਰਕਾਰ ਸਾਨੂੰ ਕਹਿੰਦੀ ਵੀ ਅੱਗ ਨਾ ਲਾਓ, ਜੇ ਅਸੀਂ ਅੱਗ ਨਹੀਂ ਲਾਉਂਦੇ ਤੇ ਸਾਨੂੰ ਟ੍ਰਾਇਲ ਲਾ ਕੇ ਵਿਖਾਵੇ ਸਰਕਾਰ ਵੀ ਉਹ ਜਿਹੜੀ ਕਣਕ ਬੀਜਣ ਵਾਸਤੇ ਕਿਵੇਂ ਅਸੀਂ ਉਹ ਕਣਕ ਬੀਜ ਸਕਦੇ ਹਾਂ, ਕਿਵੇਂ ਉਹ ਸਾਨੂੰ ਵਾਹਣ ਤਿਆਰ ਕਰਕੇ ਦੇ ਸਕਦੇ ਆ। ਭਜਨ ਸਿੰਘ ਨਾਮ ਮੇਰਾ ਜੀ। ਮੀਟਿੰਗ ਬੁਲਾਈ ਹੈ ਪਰਾਲੀ ਸਾੜਨ ਵਾਸਤੇ ਜੀ। ਸਾਡਾ ਕੋਈ ਮਸਲਾ ਨਹੀਂ ਹੱਲ ਹੁੰਦਾ, ਅਸੀਂ ਪਰਾਲੀ ਸਾੜਨੀ ਅਸੀਂ ਨਹੀਂ ਛੱਡਣੀ ਪਰਾਲੀ, ਜਿਵੇਂ ਵੀ ਸਾਡਾ ਪਾਣੀ ਸਾਨੂੰ ਫੜ ਕੇ ਲੈ ਜਾਣ, ਸਾਨੂੰ ਕੋਈ ਕਰਨ ਮਾਰਨ, ਸਾਨੂੰ ਅਸੀਂ ਪਰਾਲੀ ਸਾੜਨੀ ਸਾੜਨੀ। ਅਸੀਂ ਇਹ ਪਰਾਲੀ ਵਾਸਤੇ ਸਾਡੀ ਸਾਰੇ 20 ਪਿੰਡ ਜੁੜੇ ਨੇ, 20 ਪਿੰਡਾਂ ਦਾ ਆਦਮੀ ਜੁੜਿਆ, ਇਹ ਪਰਾਲੀ ਦਾ ਮਸਲਾ, ਅਸੀਂ ਪਰਾਲੀ ਸਾੜਨੀ ਸਾੜਨੀ, ਅਸੀਂ ਰਿਆਜ ਨਹੀਂ ਕਰਨਾ, ਜੋ ਸਾਨੂੰ ਜੋ ਕੋਈ ਸਰਕਾਰ ਜੋ ਕੋਈ ਮਰਜ਼ੀ ਕਰਦੀ, ਅਸੀਂ ਨਹੀਂ ਰਿਆਜ ਕਰਨਾ, ਸਭ ਪਰਾਲੀ ਸਾੜਨੀ, ਇੱਕ ਮੁੱਠ ਹੋ ਗਏ ਪਰਾਲੀ ਸਾੜਨੀ। ਮੇਰਾ ਨਾਮ ਗਿਆਨ ਚੰਦ ਜੀ। ਅਸੀਂ ਅੱਜ 21 ਪਿੰਡਾਂ ਦੀ ਮੀਟਿੰਗ ਕੀਤੀ ਹੈ, ਸਰਕਾਰ ਕਹਿੰਦੀ ਜੀ ਪਰਾਲੀ ਨਾ ਜਲਾਓ, ਇਹਦਾ ਜੀ ਕੋਈ ਹੱਲ ਨਹੀਂ। ਅਗਰ ਸਰਕਾਰ ਸਾਨੂੰ ਕੋਈ ਸੰਦ ਦੇਵੇ ਜਾਂ ਕੋਈ ਚੀਜ਼ ਮੁਹੱਈਆ ਕਰਾਵੇ, ਅਸੀਂ ਉਹਦੀ ਸਰਕਾਰ ਨੂੰ ਫੀਸ ਦੇਣ ਨੂੰ ਵੀ ਤਿਆਰ ਹਾਂ। 500-700 ਰੁਪਏ ਕਿੱਲਾ ਅਸੀਂ ਸਰਕਾਰ ਨੂੰ ਦਿੰਦੇ ਹਾਂ, ਸਾਡਾ ਇਹਦਾ ਕੋਈ ਹੱਲ ਕਰ, ਇਹਦਾ ਕੋਈ ਹੱਲ ਨਹੀਂ। ਇਹ ਜਵਾਨੀ ਜਮ੍ਹਾਂ ਖਰੀ ਸਰਕਾਰ ਕਰੀ ਜਾਂਦੀ ਹੈ, ਜੇਕਰ ਹੱਲ ਹੁੰਦਾ ਹੋ ਜ਼ਿਮੀਂਦਾਰ ਹੁੰਦਾ ਤੇ ਸਾਨੂੰ ਇੰਨੇ ਇਕੱਠਾ ਕਰਨ ਦੀ ਜਾਂ ਇੰਨੇ ਮੁਸੀਬਤਾਂ 'ਚ ਪੈਣ ਦੀ ਕੀ ਲੋੜ ਸੀ। ਇਸ ਕਰਕੇ ਸਾਡਾ ਪਰਾਲੀ ਨੂੰ ਅੱਗ ਲੈਣ ਤੋਂ ਲਾਉਣ ਤੋਂ ਬਿਨਾਂ ਹੋਰ ਸਾਡੇ ਕੋਲ ਕੋਈ ਹਿੱਲਾ ਨਹੀਂ, ਜਾਂ ਕਿ ਸਰਕਾਰ ਦਾ ਕੋਈ ਪ੍ਰਬੰਧ ਨਹੀਂ। ਦੋਸਤੋ, ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ ਔਰ ਆਪਣੀ ਰਾਏ ਵੀ ਕਮੈਂਟ ਬਾਕਸ 'ਤੇ ਦਰਜ ਕਰਾਏ। ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਕੇ ਬੈਲ ਆਈਕੋਨ ਕੋ ਦਬਾ ਲੇ, ਤਾਂ ਕਿ ਹਮਾਰੇ ਹਰੇਕ ਨਵੇਂ ਵੀਡੀਓ ਕੀ ਜਾਣਕਾਰੀ ਸਭ ਸੇ ਪਹਿਲੇ ਆਪਕੋ ਮਿਲ ਸਕੇ। ਧੰਨਵਾਦ।